ਗੁਰਦਾਸਪੁਰ ਵਿੱਚ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਸਰਕਾਰ ਦੇ ਦੋ ਵਿਭਾਗਾਂ ਦੇ ਅਧਿਕਾਰੀ ਆਹਮਣੇ ਸਾਹਮਣੇ ਹੋ ਗਏ ਜਦ ਪੁਲਿਸ ਵਿਭਾਗ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ ਦੋ ਵੱਖ ਵੱਖ ਜਗ੍ਹਾ ਤੇ ਸਰਕਾਰੀ ਕਣਕ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਦੇ ਨਾਲ ਛਾਪੇਮਾਰੀ ਕੀਤੀ ਗਈ ਅਤੇ ਛਾਪੇਮਾਰੀ ਦੇ ਦੌਰਾਨ ਜਿਸ ਸਰਕਾਰੀ ਕਣਕ ਨੂੰ ਪੁਲਿਸ ਚੋਰੀ ਦੀ ਦੱਸ ਰਹੀ ਸੀ ਦੂਜੇ ਪਾਸੇ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਉਸ ਨੂੰ ਜਾਇਜ਼ ਦੱਸ ਰਿਹਾ ਸੀ ਇਸੇ ਨੂੰ ਲੈ ਕੇ ਦੋਨਾਂ ਦੇ ਵਿਚਕਾਰ ਬਹਿਸਬਾਜ਼ੀ ਛਿੜ ਗਈ ਸਿਟੀ ਥਾਣੇ ਦੇ ਵਿੱਚ ਦੋ ਨੰਬਰ ਮੁਕਦਮਾ ਦਰਜ ਹੋਇਆ ਚੋਣ ਕਮਿਸ਼ਨ ਦੀਆਂ ਹਦਾਇਤਾਂ ਉੱਤੇ ਕਣਕ ਵੰਡ ਰਹੇ ਅਤੇ ਉਹ ਕਣਕ ਜਿਹੜੀ ਮਤਲਬ ਇੱਕ ਟਰੱਕ ਫੜਿਆ ਗਿਆ ਉਹਦੇ ਸੰਬੰਧ 'ਚ ਸਰਕਾਰੀ ਰਿਕਾਰਡ ਚੈੱਕ ਕਰਨ ਲਈ ਭੇਜਿਆ ਅਫਸਰ ਨੇ ਉਹ ਚੈੱਕ ਕਰਨੇ ਪਾਵਰ ਹੀ ਕੋਈ ਨਹੀਂ ਸਾਨੂੰ ਦਬਾਅ ਪਾ ਰਹੀ ਸਾਨੂੰ ਅਸੀਂ ਤਾਂ ਆਪਣੇ ਆਪ ਮੁਕਦਮੇ ਨਾਲ ਸੰਬੰਧਿਤ ਕਾਗਜ਼ ਚੈੱਕ ਕਰਨ ਡੇ ਆ ਵੀ ਸਟਾਕ ਕਹਿੰਦੇ ਸਾਡਾ ਇੱਥੇ ਹੈ ਇਹਦੇ ਤਫਤੀਸ਼ ਜਾਊਗੀ ਹੁਣ ਇਹਨਾਂ ਦੇ ਰਿਕਾਰਡ ਰਜਿਸਟਰ ਹੋਣਗੇ ਜਾਂ ਚੈੱਕ ਹੋਊ ਤਾਂ ਕਣਕ ਭਾਜੀ ਪਾਈਗੀ ਦੋਨਾਂ ਜਗ੍ਹਾ 'ਤੇ ਉੱਥੇ 100 ਤੇ 41 ਬੋਰੀਆਂ ਇੱਥੇ 90 95 ਇਹ ਪਤਾ ਲੱਗੂ ਜੀ ਹੁਣ ਤਫਤੀਸ਼ੀ ਪੈ ਪੂਰਾ ਕੀ ਕਲੀਅਰ ਹੈ ਘਟਨਾ ਇਹ ਆ ਮੈਨੂੰ ਆਇਆ ਜੀ ਫੋਨ ਥਾਣਿਓਂ ਕਿ ਤੁਹਾਡੀ ਕਣਕ ਫੜੋਈ ਆ ਜੀ ਇਹ ਆਪਣਾ ਮਹੱਲਾ ਹੈਗਾ ਝੂਲਣਾ ਮਹਿਲ ਅੱਛਾ ਜੀ ਮੈਂ ਪੁਲਿਸ ਵਾਲਿਆਂ ਨੇ ਮੈਨੂੰ ਉੱਥੋਂ ਲਿਆ ਥਾਣੇ ਸੱਦਿਆ ਨਾਲ ਬਿਠਾਇਆ ਇੱਥੇ ਆ ਗਏ ਇਹ ਕਹਿੰਦੇ ਤੁਹਾਡੀ ਚੋਰੀ ਦੀ ਕਣਕ ਆ ਅੱਛਾ ਜੀ ਇੱਥੇ ਇਹ ਜਿਹੜਾ ਸੇਲ ਰਜਿਸਟਰ ਸਾਡਾ ਹੁੰਦਾ ਸਰਕਾਰੀ ਇਹਦੇ ਮੁਤਾਬਕ 150 ਬੋਰੀ ਜਿਹੜੀ ਹੈਗੀ ਆ ਉਹ ਭੇਜੀ ਸੀ ਡੀਪੂ ਹੋਲਡਰ ਨੂੰ ਠੀਕ ਹੈ ਜੀ 60 ਉਹਨੇ ਵੰਡਤੀਆਂ 90 ਉਹਦੇ ਅੰਦਰ ਬਕਾਇਆ ਪਾਈਆਂ ਗਈਆਂ 3 ਮਹੀਨੇ ਹੋ ਗਏ ਆ ਕਣਕ ਇੱਥੇ ਪਈ ਆ ਜੇ ਚੋਰੀ ਦੀ ਹੁੰਦੀ ਕਣਕ ਵਿਕਣੀ ਸੀ ਬਕਾਇਦਾ ਕਣਕ ਅੰਦਰ ਪਈ ਦੀ ਆ ਠੀਕ ਹੈ ਜੀ ਇਹ ਚੋਰੀ ਦੀ ਕਿੱਥੋਂ ਹੋਈ ਸਰਕਾਰ ਦੀ ਕਣਕ ਆ ਬਕਾਇਦਾ ਸਰਕਾਰੀ ਡੀਪੂ ਆ ਸਰਕਾਰ ਦੀ ਕਣਕ ਸਰਕਾਰੀ ਡੀਪੂ ਦੇ ਪਈ ਆ ਇਹ ਕੋਈ ਚੋਰੀ ਦੀ ਕਣਕ ਨਹੀਂ ਹੁੰਦੀ ਮੈਨੂੰ ਕਹਿੰਦੇ ਕਿ ਚੁਕਾਈ ਨਹੀਂ ਕਣਕ ਇੱਥੋਂ ਇਹ ਚੁਕਾਉਣ ਦੀ ਜ਼ਿੰਮੇਵਾਰੀ ਤੁਹਾਡੀ ਬਣਦੀ ਆ ਮੈਨੂੰ ਸਰਕਾਰ ਦੱਸੇ ਕਿ ਜਦੋਂ ਟਰਾਂਸਪੋਰਟੇਸ਼ਨ ਦੀ ਉਹ ਹੁੰਦੇ ਆ ਆਪਣੇ ਟੈਂਡਰ ਪੈਂਦੇ ਆ ਟਰਾਂਸਪੋਰਟਰ ਇੱਕ ਵਾਰੀ ਕਣਕ ਚੁੱਕ ਕੇ ਡੀਪੂ ਤੇ ਸੁੱਟਦਾ ਦੂਜਾ ਚੁੱਕਣ ਦਾ ਉਹਦਾ ਕੋਈ ਨਹੀਂ ਹੁੰਦਾ ਚੁੱਕਣ ਦਾ ਖਰਚਾ ਫਿਰ ਕਿਹਨੂੰ ਪੈਣਾ ਇੰਸਪੈਕਟਰ ਨੂੰ ਤਨਖਾਹ 'ਚ ਦੇ ਇੰਸਪੈਕਟਰ ਚੁੱਕਣ ਦਾ ਖਰਚਾ ਲੇਬਰ ਵਾਲੇ ਬੋਰੀ ਚੁੱਕਣੀਆਂ ਬੋਰੀਆਂ ਰੱਖਣੀਆਂ ਟਰੱਕ 'ਚ ਉਹ ਵੀ ਫਿਰ ਇੰਸਪੈਕਟਰ ਦੇ ਜਦ ਇਹਦੇ ਵਿੱਚ ਮੈਨੂੰ ਇਹ ਦੱਸੋ ਇਹਦੇ ਵਿੱਚ ਗਲਤ ਕੀ ਆ ਡੀਪੂ ਸਰਕਾਰੀ ਆ ਸਰਕਾਰੀ ਡੀਪੂ ਤੇ ਕਣਕ ਪਈ ਆ ਜੀ ਠੀਕ ਆ ਜੀ ਉਹ ਸੇਫ ਆ ਕਣਕ ਮੈਂ ਕਹਿੰਦਾ ਬਿਲਕੁਲ ਪਰੇਸ਼ਾਨ ਕਰ ਰਹੀ ਹੈ ਜੀ ਜਾਣ ਬੁੱਝ ਕੇ ਮੈਨੂੰ ਇਹ ਬੜੇ ਚਿਰ ਹੋ ਗਏ ਪਰੇਸ਼ਾਨ ਕਰਨ ਦੀ ਆ ਇੱਕ ਰੋੜੀ ਮਹੱਲੇ ਕਣਕ ਪਈ ਦੀ ਆ ਡੀਪੂ ਹੋਰ ਕਹਿੰਦੇ ਡੀਪੂ ਤੇ ਤੁਸੀਂ ਕਣਕ ਨਹੀਂ ਲਾਈ ਤੁਸੀਂ ਕਣਕ ਲਾਈ ਆ ਧਰਮਸ਼ਾਲਾ ਕਿ ਧਰਮਸ਼ਾਲਾ ਸਰਕਾਰੀ ਨਹੀਂ ਹੁੰਦਾ ਚਾਬੀ ਮੇਰੇ ਕੋਲ ਪਈ ਆ ਧਰਮਸ਼ਾਲੇ ਦੀ ਚਾਬੀ ਉਹਦੀ ਤਾਲਾ ਮੈਂ ਲਾਇਆ ਮੇਰੀ ਕਸਟਡੀ 'ਚ ਕਣਕ ਆ ਠੀਕ ਆ ਕਣਕ ਉਹ ਤਾਂ ਨਹੀਂ ਭਾਜੀ ਵੰਡੀ ਗਈ ਕਣਕ ਜਿਹੜੀ 500 ਬੋਰੀ ਗਈ ਆ ਉੱਥੇ ਇੱਕ ਹਿਸਾਬ ਨਾਲ ਜਿੰਨੀ ਵੀ ਬੋਰੀ ਉੱਥੇ ਗਈ ਆ 260 ਬੋਰੀ ਗਈ ਜੀ ਜਿੰਨੀ ਵੀ ਲੋਕ ਚੋਣ ਜਾਬਤਾ ਲੱਗ ਗਿਆ ਚੋਣ ਜਾਬਤਾ ਲੱਗ ਗਿਆ ਜੀ ਕਣਕ ਬੰਦ ਕਰਾਤੀ ਮੈਂ ਕਣਕ ਨਹੀਂ ਬਣਾਉਣੀ ਚਾਹੀਦੀ ਹੁਣ 141 ਬੋਰੀਆਂ ਜੀ ਉੱਥੇ ਇੱਥੇ 90 ਬੋਰੀਆਂ ਜੀ ਭਾਜੀ ਲਗਭਗ ਹਾਂ ਠੀਕ ਹੈ ਨਾ ਅਤੇ ਉੱਥੇ ਕਣਕ ਪਈ ਆ ਸਰਕਾਰੀ ਠੀਕ ਆ ਮੈਂ ਤਾਲਾ ਲਾਤਾ ਮੇਰੀ ਕਸਟਡੀ 'ਚ ਕਣਕ ਆ ਜੇ ਕਣਕ ਵਿਕਦੀ ਹੋਏ ਤੇ 3 ਮਹੀਨੇ ਕਣਕ ਉੱਥੇ ਕੀ ਕਰਦੀ ਹੋਏ ਮੇਰੇ ਤੇ ਨਜਾਇਜ਼ ਪ੍ਰੈਸ਼ਰ ਪਾਇਆ ਜਾ ਰਿਹਾ ਆ ਠੀਕ ਆ ਇਹਦਾ ਮਤਲਬ ਕਿ ਅਸੀਂ ਮੁਲਾਜ਼ਮ ਨਹੀਂ ਹੈਗੇ ਤੇ ਜਿੱਦਾਂ ਕੋਈ ਕਹੇਗਾ ਜੇ ਸਾਨੂੰ ਮਾਰਨਾ ਚਾਹੇਗਾ ਮਾਰ ਦੇਗਾ ਠੀਕ ਆ ਸਾਡੇ ਕੋਲ ਨਜਾਇਜ਼ ਸਾਡੇ ਨਾਲ ਕੀਤੀ ਜਾ ਰਹੀ ਆ ਧੱਕਾ ਹੋ ਰਿਹਾ ਜੀ ਸਾਡੇ ਨਾਲ ਪੁਲਿਸ ਕਹਿ ਰਹੀ ਚੋਰੀ ਦੀ ਆ ਚੋਰੀ ਦੀ ਕਣਕ ਭਾਜੀ ਡਿੱਪੋ ਤੇ ਨਹੀਂ ਪਾਈ ਜਾਂਦੀ ਚੋਰੀ ਦੀ ਕਣਕ ਚੱਕੀਆਂ 'ਚ ਪਾਈ ਜਾਂਦੀ ਆ ਮਿੱਲਾਂ 'ਚ ਪਾਈ ਜਾਂਦੀ ਆ ਉਹ ਪਾਈ ਗਈ ਆ ਬਿਲਕੁਲ ਚੱਕ ਨਹੀਂ ਕਰਨ ਦੀ ਪਾਵਰ ਹੈਗੀ ਇਹ ਡਿਪਾਰਟਮੈਂਟ ਦੇ ਰੂਲ ਆ ਡਿਪਾਰਟਮੈਂਟ ਦਾ ਡਿੱਪੂ ਆ ਡਿਪਾਰਟਮੈਂਟ ਨੇ ਆਪਣੇ ਤਰੀਕੇ ਨਾਲ ਚੱਲਣਾ ਇਹ ਹਰਾਸ ਕਰ ਰਹੇ ਨੇ ਸਾਨੂੰ ਪੁਲਿਸ ਵਾਲੇ ਨਜਾਇਜ਼ ਮੈਨੂੰ ਦਬਕਾ ਮਾਰ ਰਹੇ ਨੇ ਇਹ ਕਹਿੰਦੇ ਤੂੰ ਚੋਰ ਆ ਮੈਂ ਕਿਹੜੇ ਪਾਸੋਂ ਚੋਰ ਆ ਆਹ ਸਾਡੇ ਕੋਲ ਸਬੂਤ ਪਏ ਆ ਹੁਣ ਸਬੂਤ ਪਏ ਆ ਹੁਣ ਤੁਹਾਨੂੰ ਪੁਲਿਸ ਵਾਲਾ ਇੱਥੇ ਕੋਈ ਨਹੀਂ ਲੱਭ ਰਿਹਾ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪਹਿਰੇਦਾਰ ਟੀਵੀ